ਮੰਗਲ ਦੋਸ਼ ਦੋਸ਼ ਵਾਲਿਆਂ ਦਾ ਵਾਲਿਆਂ ਦਾ ਵਿਅਕਤੀ ਵਿਅਕਤੀ ਜਿਹੜਾ ਜਿਹੜਾ ਗੁਸੈਲ ਗੁਸੈਲ ਜਿੱਦਾਂ ਮੈਂ ਜਿੱਦਾਂ ਦੱਸਿਆ ਮੈਂ ਦੱਸਿਆ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਹੁੰਦਾ ਹੁੰਦਾ ਹੈ, ਹੈ, ਕ੍ਰੋਧਿਤ ਕ੍ਰੋਧਿਤ ਬਹੁਤ ਬਹੁਤ ਜਲਦੀ ਜਲਦੀ ਗੁੱਸਾ ਗੁੱਸਾ ਬਹੁਤ ਬਹੁਤ ਜਲਦੀ ਜਲਦੀ ਆਉਂਦਾ ਆਉਂਦਾ ਹੈ। ਹੈ। ਉਹ ਗੱਲ ਸੁਣਨ ਸੁਣਨ ਤੋਂ ਤੋਂ ਪਹਿਲੇ ਪਹਿਲੇ ਹੀ ਹੀ ਕਿਰਿਆ ਕਿਰਿਆ ਕਰ ਕਰ ਦਿੰਦਾ ਦਿੰਦਾ ਹੈ। ਹੈ। ਤਾਂ ਐਸੇ ਐਸੇ ਵਿਅਕਤੀ ਵਿਅਕਤੀ ਨੂੰ ਨੂੰ ਜੋ ਜੋ ਮੰਗਲ ਮੰਗਲ ਦੋਸ਼ ਦੋਸ਼ ਵਾਲਾ ਵਾਲਾ ਦੇਵਤਾ ਦੇਵਤਾ ਹੈ ਹੈ, ਉਹ ਉਹ ਹਨੂੰਮਾਨ ਹਨੂੰਮਾਨ ਜੀ ਜੀ ਮੰਨੇ ਮੰਨੇ ਜਾਂਦੇ ਜਾਂਦੇ ਆ। ਆ। ਤਾਂ ਤਾਂ ਹਨੂੰਮਾਨ ਹਨੂੰਮਾਨ ਜੀ ਜੀ ਦੀ ਦੀ ਪੂਜਾ ਪੂਜਾ ਕਰਨੀ ਕਰਨੀ ਚਾਹੀਦੀ ਚਾਹੀਦੀ ਹੈ, ਹੈ, ਮੰਗਲ ਮੰਗਲ ਦਾ ਦਾ ਵਰਤ ਵਰਤ ਰੱਖਣਾ। ਰੱਖਣਾ। ਤੁਸੀਂ ਵੀ ਕਈ ਵਾਰ ਨੋਟ ਕੀਤਾ ਹੋਣਾ ਹੈ, ਖਬਰਾਂ 'ਚ ਵੀ ਸੁਣਿਆ ਹੋਣਾ ਹੈ ਵੀ ਡੋਲੀ ਦੀ ਡੋਲੀ ਦੀ ਬਰਾਤ ਬਰਾਤ ਵਾਪਸ ਵਾਪਸ ਆ ਆ ਰਹੀ ਰਹੀ ਸੀ ਸੀ ਤਾਂ ਤਾਂ ਦੁਰਘਟਨਾ ਦੁਰਘਟਨਾ ਹੋ ਹੋ ਗਈ, ਗਈ ਜਾਂ ਵਿਆਹ ਵਿਆਹ ਤੋਂ ਤੋਂ ਬਾਅਦ ਬਾਅਦ ਇੱਕਦਮ ਇੱਕ ਪਤੀ ਪਤੀ ਜਾਂ ਜਾਂ ਪਤਨੀ ਪਤਨੀ ਬਹੁਤ ਬਹੁਤ ਜ਼ਿਆਦਾ ਜ਼ਿਆਦਾ ਬਿਮਾਰ ਬਿਮਾਰ ਹੋ ਹੋ ਗਏ, ਗਏ ਜਿਹੜੇ ਜਿਹੜੇ ਜ਼ਿਆਦਾਤਰ ਜ਼ਿਆਦਾਤਰ ਹੋਸਪਿਟਲ ਹੋਸਪਿਟਲ 'ਚ ਹੀ ਹੀ ਰਹੇ ਰਹੇ ਜਾਂ ਜਾਂ ਆਪਣੇ ਆਪਣੇ ਬਿਸਤਰੇ ਬਿਸਤਰੇ 'ਤੇ ਤੇ ਹੀ ਹੀ ਜ਼ਿਆਦਾ ਜ਼ਿਆਦਾ ਉਹਨਾਂ ਨੇ ਉਹਨਾਂ ਟਾਈਮ ਨੇ ਬਿਤਾਇਆ ਹੈ। ਹਾਂਜੀ, ਉਹ ਇਹੀ ਇਹੀ ਘਟਨਾਵਾਂ ਘਟਨਾਵਾਂ ਹੁੰਦੀਆਂ ਹੁੰਦੀਆਂ ਹਨ ਹਨ ਜਿਹੜਾ ਜਿਹੜਾ ਇੱਕ ਇੱਕ ਮੰਗਲੀਕ ਮੰਗਲੀਕ ਹੈ, ਹੈ, ਇਕਨੋਮ ਨੋਨ ਲਿੰਗ ਹੈ, ਹੈ, ਤਾਂ ਉਹਦਾ ਤਾਂ ਅਸਰ ਅਸਰ ਉਸਦੇ ਉਸਦੇ ਉੱਪਰ ਉੱਪਰ ਪੈਂਦਾ ਹੈ ਜਿਹੜਾ ਜਿਹੜਾ ਨਹੀਂ ਨਹੀਂ ਮੰਨਦਾ ਮੰਨਦਾ ਜਿਹੜਾ ਜਿਹੜਾ ਨਹੀਂ ਨਹੀਂ ਦਿੰਦਾ। ਦਿੰਦਾ ਹਾਂਜੀ, ਤਾਂ ਤਾਂ ਇਹਦਾ ਇਹਦਾ ਜਿਹੜਾ ਜਿਹੜਾ ਦੁਸ਼ਪ੍ਰਭਾਵ ਦੁਸ਼ਪ੍ਰਭਾਵ ਹੈ ਹੈ ਇਹਨਾਂ ਨੂੰ ਇਹਨਾਂ ਨੂੰ ਭੁਗਤਣਾ ਭੁਗਤਣਾ ਪੈਂਦਾ ਪੈਂਦਾ ਹੈ। ਹੈ। ਮੰਗਲ ਵੀ ਬਾਕੀ ਗ੍ਰਹਿਆਂ ਦੀ ਤਰ੍ਹਾਂ ਇੱਕ ਗ੍ਰਹਿ ਹੈ, ਹਾਂਜੀ, ਔਰ ਜਿਸ ਤਰ੍ਹਾਂ ਮੈਂ ਦੱਸ ਹੀ ਦਿੱਤਾ ਵੀ ਡਿਗਰੀਆਂ ਦੇ ਹਿਸਾਬ ਨਾਲ ਪ੍ਰਭਾਵ ਹੁੰਦਾ ਹੈ, ਇਸ ਤੋਂ ਇਲਾਵਾ ਕਈ ਵਾਰ ਮੰਗਲਿਕ ਹੁੰਦੇ ਹੋਏ ਵੀ ਮੰਗਲਿਕ ਦਾ ਪ੍ਰਭਾਵ ਨਹੀਂ ਹੁੰਦਾ ਉਹਦੇ 'ਤੇ, ਕਿਸੇ ਸ਼ੁਭ ਗ੍ਰਹਿ ਦੀ ਦ੍ਰਿਸ਼ਟੀ ਲਾਈਕ ਗੁਰੂ ਗ੍ਰਹਿ ਜੇ ਲਗਨ ਦੇ ਵਿੱਚ ਹੋਵੇ ਤਾਂ ਉਹਦੀ ਦ੍ਰਿਸ਼ਟੀ ਪੈਂਦੀ ਹੋਵੇ ਮੰਗਲ 'ਤੇ ਤਾਂ ਉਹਦਾ ਦੋਸ਼ ਖਤਮ ਹੋ ਜਾਂਦਾ ਹੈ, ਮੰਗਲ ਦੇ ਨਾਲ ਰਾਹੂ ਬੈਠਾ ਹੋਵੇ ਤਾਂ ਦੋਸ਼ ਖਤਮ ਹੋ ਜਾਂਦਾ ਹੈ। ਤਾਂ ਪੂਰਨ ਜਾਣਕਾਰੀ ਤੋਂ ਬਗੈਰ ਇਸ ਤੋਂ ਡਰਨ ਦੀ ਲੋੜ ਨਹੀਂ ਹੈ, ਔਰ ਜੇ ਮੰਗਲਿਕ ਕੋਈ ਹੈ ਵੀ ਹੈ ਤਾਂ ਵੀ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਇਸ ਦੇ ਉਪਾਅ ਹੋ ਜਾਂਦੇ ਆ। ਉਪਾਅ ਦੇ ਵਿੱਚ ਜਪ, ਹਵਨ, ਦਾਨ ਦੁਆਰਾ ਇਹਨਾਂ ਦਾ ਪੂਰਨ ਹੱਲ ਕੀਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ A1 ਪੰਜਾਬੀ TV ਤੇ ਮੈਂ ਹਮਾਨਸੂ ਅਟਵਾਲ ਲੈ ਕੇ ਹਾਜ਼ਰ ਹੋਏ ਹਾਂ ਅੱਜ ਦਾ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਹਰਪ੍ਰੀਤ ਸਿੰਘ, ਜਿਨ੍ਹਾਂ ਦੇ ਨਾਲ ਆਪਾਂ ਕਰਾਂਗੇ ਗੱਲਬਾਤ ਮੰਗਲੀਕ ਦੋਸ਼ ਦੇ ਬਾਰੇ ਕਿ ਮੰਗਲੀਕ ਦੋਸ਼ ਕੀ ਹੁੰਦਾ ਹੈ, ਕਿੰਨਾ ਟਾਈਮ ਇਹ ਕੁੰਡਲੀ ਦੇ ਵਿੱਚ ਰਹਿੰਦਾ ਹੈ, ਇਸ ਬਾਰੇ ਲਵਾਂਗੇ ਜਾਣਕਾਰੀ। ਹਾਂਜੀ ਸਰ, ਸਭ ਤੋਂ ਪਹਿਲਾਂ ਮੰਗਲੀਕ ਦੋਸ਼ ਕੀ ਹੁੰਦਾ ਹੈ? ਮੰਗਲੀਕ ਮੰਗਲ ਮੰਗਲ ਜਦੋਂ ਬਾਕੀ ਕੁੰਡਲੀ ਦੇ ਵਿੱਚ 12 ਘਰਾਂ ਦੇ ਵਿੱਚੋਂ 5 ਘਰਾਂ 'ਚ ਵਿਰਾਜਮਾਨ ਹੋਵੇ, ਹਾਂਜੀ, ਜਿਸ ਤਰ੍ਹਾਂ ਪਹਿਲਾ ਘਰ, ਚੌਥਾ, ਸੱਤਵਾਂ, ਅੱਠਵਾਂ ਔਰ 12ਵਾਂ, ਇਹਨਾਂ 'ਚ ਜਦੋਂ ਮੰਗਲ ਬੈਠਾ ਹੋਵੇ ਤਾਂ ਉਹ ਮੰਗਲਿਕ ਕਹਾਉਂਦਾ ਹੈ। ਹਾਂਜੀ, ਤੇ ਉਸ ਜੇਕਰ ਸਰ ਗੱਲ ਕੀਤੀ ਜਾਵੇ ਮੰਗਲਿਕ ਦੋਸ਼, ਕਿੰਨਾ ਕੁ ਟਾਈਮ ਇਹ ਕੁੰਡਲੀ ਦੇ ਵਿੱਚ ਰਹਿੰਦਾ ਹੈ? ਮੰਗਲਿਕ ਦੋਸ਼ ਉਮਰ ਦੇ 28 ਸਾਲ ਤੱਕ ਪ੍ਰਭਾਵ ਦਿੰਦਾ ਹੈ, 28 ਸਾਲ ਤੋਂ ਬਾਅਦ ਉਸਦਾ ਪ੍ਰਭਾਵ ਘੱਟ ਜਾਂਦਾ ਹੈ। ਤੇ ਜੇਕਰ ਸਰ ਗੱਲ ਕੀਤੀ ਜਾਵੇ ਕਿ ਮੰਗਲਿਕ ਦੋਸ਼ ਜੋ ਹੈ ਇਹਦੀ ਪਹਿਚਾਣ ਕਿਵੇਂ ਕਰ ਸਕਦੇ ਹਾਂ? ਹਾਂ, ਜਿਹੜਾ ਵਿਅਕਤੀ ਮੰਗਲ ਦੋਸ਼ ਦੇ ਨਾਲ ਮੰਗਲ ਦੋਸ਼ 'ਚ ਕੁੰਡਲੀ 'ਚ ਹੋਏਗਾ ਉਹ ਵਿਅਕਤੀ ਗੁਸੈਲ ਹੋਏਗਾ, ਹਾਂਜੀ, ਘੁਮੰਡੀ ਹੋਏਗਾ, ਉਹ ਬਹੁਤ ਜ਼ਿਆਦਾ ਕ੍ਰੋਧਿਤ ਸੁਭਾਅ ਵਾਲਾ ਹੋਏਗਾ, ਹਾਂਜੀ, ਉਹਦੀ ਲਾਈਫ 'ਚ ਸਟਰਗਲ ਜ਼ਿਆਦਾ ਆਏਗਾ, ਸੰਘਰਸ਼ ਜ਼ਿਆਦਾ ਹੋਏਗਾ, ਉਹਦੇ 'ਚ ਐਨਰਜੀ ਬਹੁਤ ਜ਼ਿਆਦਾ ਹੋਏਗੀ ਉਸ ਵਿਅਕਤੀ। ਤੇ ਜੇਕਰ ਸਰ ਇਸ ਗੱਲ ਕੀਤੀ ਜਾਵੇ ਕਿ ਮੰਗਲਿਕ ਦੋਸ਼ ਜੋ ਹੈ ਇਸਦੇ ਪ੍ਰਭਾਵ ਬਾਰੇ, ਤਾਂ ਇਸਦਾ ਪ੍ਰਭਾਵ ਜੋ ਹੈ ਉਹ ਕਿਵੇਂ ਦਾ ਇੱਥੇ ਦੇਖਣ ਨੂੰ ਮਿਲਦਾ ਹੈ? ਮੰਗਲਿਕ ਦੋਸ਼ ਦਾ ਵਿਅਕਤੀ 28 ਸਾਲ ਤੱਕ ਮੰਗਲ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ। ਇਹ ਮੰਗਲਿਕ ਵਿਅਕਤੀ ਦੇ ਉੱਪਰ ਮੈਰਿਜ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਪਾਉਂਦਾ, ਜੀ, ਮੈਰਿਜ ਲੇਟ ਕਰਦਾ, ਸਸੁਰਾਲ ਦੇ ਨਾਲ ਸੰਬੰਧ ਖਰਾਬ ਕਰਦਾ, ਘਰ 'ਚ ਤਣਾਅ ਪੈਦਾ ਕਰਦਾ, ਸਕਿਨ ਦੇ
ਔਰ ਬਲੱਡ ਦੇ ਨਾਲ ਰਿਲੇਟਿਡ ਦੋਸ਼ ਪੈਦਾ ਕਰਦਾ ਹੈ। ਜਿਸ ਵਿਅਕਤੀ ਦਾ ਮੰਗਲ ਤੇਜ ਹੋਏਗਾ ਉਹਨਾਂ ਨੂੰ ਇਹੋ ਜਿਹੀਆਂ ਘਟਨਾਵਾਂ ਤੋਂ ਇਹੋ ਜਿਹੀਆਂ ਸਥਿਤੀਆਂ ਤੋਂ ਗੁਜ਼ਰਨਾ ਪਏਗਾ। ਜੇਕਰ ਸਰ ਗੱਲ ਕੀਤੀ ਜਾਵੇ ਮੰਗਲਿਕ ਦੋਸ਼ ਦੀ ਤਾਂ ਇਨਸਾਨ ਦਾ ਜਿਹੜਾ ਵਿਆਹ ਇਹ ਉਸ ਤੇ ਵੀ ਅਸਰ ਪਾਉਂਦਾ ਹੈ ਕਿਤੇ ਨਾ ਕਿਤੇ। ਹਾਂਜੀ ਹਾਂਜੀ ਬਿਲਕੁਲ ਜੀ, ਮੰਗਲਿਕ ਵਿਅਕਤੀ ਦਾ ਵਿਆਹ ਜਿਹੜਾ ਹੈ ਉਹ ਬਹੁਤ ਲੇਟ 28 ਤੋਂ ਬਾਅਦ ਹੀ ਤਕਰੀਬਨ ਕੀਤਾ ਜਾਂਦਾ ਹੈ ਜਾਂ ਹੁੰਦਾ। ਹਾਂਜੀ, ਉਸ ਤੋਂ ਪਹਿਲੇ ਇਹਦਾ ਵਿਆਹ ਜਿਹੜਾ ਦੇਰੀ ਨਾਲ ਹੁੰਦਾ। ਔਰ ਐਸੇ ਵਿਅਕਤੀ ਦਾ ਵਿਆਹ ਜੇ ਨੌਨ ਮੰਗਲਿਕ ਵਿਅਕਤੀ ਦੇ ਨਾਲ ਹੋ ਜਾਵੇ ਤਾਂ ਉਹਦੇ ਜਿਹੜੇ ਸਸੁਰਾਲ ਦੇ ਨਾਲ ਸੰਬੰਧ ਚੰਗੇ ਨਹੀਂ ਰਹਿੰਦੇ, ਉਸਦੇ ਬਿਮਾਰੀ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਹੈ ਜੀ। ਔਰ ਉਹਨਾਂ ਦੇ ਘਰ 'ਚ ਤਣਾਅ, ਲੜਾਈ, ਝਗੜਾ ਦੀ ਸਥਿਤੀ ਬਣੀ ਰਹਿੰਦੀ ਹੈ। ਅੱਛਾ, ਅਤੇ ਸਰ ਜਿਵੇਂ ਗੱਲ ਕਰੀਏ ਕਿ ਜਿਹੜਾ ਮੰਗਲਿਕ ਦੋਸ਼ ਹੈ ਇਸਦੀ ਦੁਨੀਆ ਦੇ ਵਿੱਚ ਕਿਤੇ ਨਾ ਕਿਤੇ ਮਾਨਤਾ ਹੈਗੀ ਹੈ ਕਿਤੇ, ਅੱਜ ਦੇ ਜੇਕਰ ਅੱਜ ਕੱਲ੍ਹ ਦੇ ਜ਼ਮਾਨੇ ਦੀ ਗੱਲ ਕੀਤੀ ਜਾਵੇ? ਹਾਂਜੀ, ਦੇਖੋ ਦੁਨੀਆ ਦੇ ਵਿੱਚ ਤਕਰੀਬਨ 42% ਲੋਕ ਮੰਗਲਿਕ ਹੁੰਦੇ ਆ ਜੀ, ਚਾਹੇ ਕੋਈ ਮੰਨੇ ਜਾਂ ਨਾ ਮੰਨੇ, ਮੰਗਲ ਨੇ ਆਪਣਾ ਪ੍ਰਭਾਵ ਇਨਸਾਨ 'ਤੇ ਦੇਣਾ ਹੀ ਹੈ ਜੀ, ਤਾਂ 42% ਲੋਕਾਂ ਦੇ ਉੱਪਰ ਉਹਦਾ ਪ੍ਰਭਾਵ ਪੂਰਾ ਪੈਂਦਾ। ਜੇ ਸਰ ਗੱਲ ਕੀਤੀ ਜਾਵੇ ਮੰਗਲਿਕ ਦੋਸ਼ ਦੇ ਜਿਹੜੇ ਜਿਨ੍ਹਾਂ ਦੀ ਕੁੰਡਲੀ ਦੇ ਵਿੱਚ ਦੋਸ਼ ਪਾਇਆ ਜਾਂਦਾ ਹੈ ਤਾਂ ਉਹ ਲੋਕਾਂ ਨੂੰ ਜਿਵੇਂ ਹੁੰਦਾ ਨਾ ਕਿ ਕੋਈ ਨਾ ਕੋਈ ਸਮੱਸਿਆਵਾਂ ਉਹਨਾਂ ਦੇ ਲਾਈਫ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਉਤਪੰਨ ਹੋ ਜਾਂਦੀਆਂ ਨੇ, ਹਾਂਜੀ, ਤਾਂ ਉਹਨਾਂ ਨੂੰ ਕੀ ਚੀਜ਼ਾਂ ਕੀ ਉਪਾਏ ਇੱਥੇ ਕਰਕੇ ਦੇਖਣੇ ਚਾਹੀਦੇ ਨੇ ਕਿ ਉਹਨਾਂ ਦਾ ਜਿਹੜਾ ਦੋਸ਼ ਹੈ ਉਹ ਕਿਤੇ ਨਾ ਕਿਤੇ ਖਤਮ ਹੋ ਜੇ? ਹਾਂਜੀ, ਮੰਗਲ ਦੋਸ਼ ਵਾਲਿਆਂ ਦਾ ਵਿਅਕਤੀ ਜਿਹੜਾ ਗੁੱਸੈਲ ਜਿੱਦਾਂ ਮੈਂ ਦੱਸਿਆ ਬਹੁਤ ਜ਼ਿਆਦਾ ਆਉਂਦਾ, ਘਮੰਡੀ ਹੋ ਜਾਂਦਾ, ਕ੍ਰੋਧਿਤ ਬਹੁਤ ਜਲਦੀ ਹੈ, ਗੁੱਸਾ ਬਹੁਤ ਜਲਦੀ ਆਉਂਦਾ, ਉਹ ਗੱਲ ਸੁਣਨ ਤੋਂ ਪਹਿਲੇ ਹੀ ਕਿਰਿਆ ਕਰ ਦਿੰਦਾ, ਤਾਂ ਐਸੇ ਵਿਅਕਤੀ ਨੂੰ ਜੋ ਮੰਗਲ ਦੋਸ਼ ਵਾਲਾ ਦੇਵਤਾ ਉਹ ਹਨੂੰਮਾਨ ਜੀ ਮੰਨੇ ਜਾਂਦੇ ਆ, ਤਾਂ ਹਨੂੰਮਾਨ ਜੀ ਦੀ ਪੂਜਾ ਕਰਨੀ ਚਾਹੀਦੀ ਹੈ, ਮੰਗਲ ਦਾ ਵਰਤ ਰੱਖਣਾ ਚਾਹੀਦਾ। ਤੇ ਸਰ ਜਿਵੇਂ ਕੋਈ ਸਥਾਨ ਹੁੰਦੇ ਨੇ ਜਿੱਥੇ ਕਈ ਵਾਰ ਪੂਜਾ ਵਗੈਰਾ ਕੀਤੀ ਜਾਂਦੀ ਹੈ ਤਾਂ ਜਿਹੜਾ ਮੰਗਲਿਕ ਦੋਸ਼ ਹੈ ਇਸਦੀ ਵੀ ਦੁਨੀਆ ਦੇ ਵਿੱਚ ਕੋਈ ਐਸੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਕਿਤੇ ਇਸਦੀ ਮਾਨਤਾ ਹੋਵੇ? ਹਾਂਜੀ, ਮੰਗਲ ਦਾ ਉਪਾਏ ਉਜੈਨ ਦੇ ਵਿੱਚ ਮੰਗਲ ਨਾਥ ਇੱਕ ਮੰਦਿਰ ਹੈ, ਧਾਮ ਹੈ, ਮੰਗਲ ਨਾਥ ਦਾ ਧਾਮ ਹੈ ਜੋ ਉਜੈਨ ਦੇ ਵਿੱਚ ਹੈ ਇੰਡੀਆ 'ਚ, ਉੱਥੇ ਜਾ ਕੇ ਇਹਦੀ ਸਪੈਸ਼ਲ ਵਿਸ਼ੇਸ਼ ਪੂਜਾ ਹੁੰਦੀ ਹੈ, ਉੱਥੇ ਕਰਵਾ ਕੇ ਇਹਦਾ ਹੱਲ ਹੋ ਸਕਦਾ। ਜੇ ਸਰ ਗੱਲ ਕਰੀਏ ਕਿ ਮੰਗਲਿਕ ਦੋਸ਼ ਹੈ ਇਹ ਕਿਵੇਂ ਕੁੰਡਲੀ ਦੇ ਵਿੱਚ ਉਤਪੰਨ ਹੋ ਜਾਂਦਾ ਹੈ, ਇਸ ਬਾਰੇ ਥੋੜ੍ਹਾ ਹੋਰ ਸਾਡੇ ਦਰਸ਼ਕਾਂ ਨੂੰ ਦੱਸੋ ਪੂਰੀ ਡਿਟੇਲ ਦੇ ਵਿੱਚ ਕਿ ਕੀ ਇਹ ਜਿਹੇ ਕਾਰਨ ਪੈਦਾ ਹੋ ਜਾਂਦੇ ਨੇ? ਹਾਂਜੀ, ਕੁੰਡਲੀ ਦੇ ਵਿੱਚ ਮੰਗਲ ਦੋਸ਼ ਮੰਗਲ ਗ੍ਰਹਿ ਦੀ ਸਥਿਤੀ ਦੇ ਨਾਲ ਪੈਦਾ ਹੁੰਦਾ ਜੀ। ਮੰਗਲ ਜਦੋਂ ਫਸਟ ਹਾਊਸ, ਚੌਥਾ ਘਰ, ਸੱਤਵਾਂ, ਅੱਠਵਾਂ ਔਰ ਬਾਰਵਾਂ, ਹਾਂਜੀ, ਇਹਨਾਂ ਦੇ ਵਿੱਚ ਵਿਰਾਜਮਾਨ ਹੋਵੇ ਤਾਂ ਉਹ ਵਿਅਕਤੀ ਮੰਗਲਿਕ ਹੁੰਦਾ, ਲੇਕਿਨ ਇਹਦੀ ਡਿਗਰੀ ਦੇ ਅਕੋਰਡਿੰਗ ਇਹਦਾ ਪ੍ਰਭਾਵ ਮਿਲਦਾ। ਜੇ ਮੰਗਲ ਦੀ ਡਿਗਰੀ 1 ਡਿਗਰੀ ਤੋਂ ਲੈ ਕੇ 3 ਡਿਗਰੀ ਤੱਕ ਔਰ ਲਾਸਟ 28 ਡਿਗਰੀ ਤੋਂ ਲੈ ਕੇ 30 ਡਿਗਰੀ ਤੱਕ ਜੇ ਮੰਗਲ ਦੀ ਡਿਗਰੀ ਹੋਵੇ ਤਾਂ ਇਹ ਛਿਣ ਹੋ ਜਾਂਦਾ, ਮਤਲਬ ਇਹਦਾ ਪ੍ਰਭਾਵ ਖਤਮ ਹੋ ਜਾਂਦਾ, ਇਹ ਪ੍ਰਭਾਵਹੀਣ ਹੋ ਜਾਂਦਾ। ਤਾਂ ਇਸਦਾ ਪ੍ਰਭਾਵ 4 ਡਿਗਰੀ ਤੋਂ ਲੈ ਕੇ 27 ਡਿਗਰੀ ਤੱਕ ਜੇ ਮੰਗਲ ਹੋਵੇ ਤਾਂ ਪੂਰਨ ਪ੍ਰਭਾਵ ਦਿੰਦਾ ਹੈ। ਤੇ ਸਰ ਇੱਕ ਨਾ ਇਸ ਦੇ ਵਿੱਚ ਬਹੁਤ ਗੱਲ ਦੇਖਣ ਨੂੰ ਮਿਲੀ ਹੈ, ਸੁਣਨ ਨੂੰ ਵੀ ਮਿਲੀ ਹੈ ਕਿ ਮੰਗਲਿਕ ਦੋਸ਼ ਵਾਲੇ ਜਿਹੜੇ ਇਨਸਾਨ ਹੁੰਦੇ ਨੇ ਕਿ ਕੋਈ ਏਦਾਂ ਦੀ ਜੇਕਰ ਜਿਵੇਂ ਵਿਆਹ ਦੀ ਗੱਲ ਕਰ ਲਓ
ਕਿ ਜੇਕਰ ਪਹਿਲਾਂ ਵਿਆਹ 27 ਸਾਲ ਦੀ ਉਮਰ ਤੋਂ ਪਹਿਲਾਂ ਵਿਆਹ ਕਰ ਲਈਏ ਤਾਂ ਡੈਥ ਵਗੈਰਾ ਦੀ ਇੱਥੇ ਸੰਭਾਵਨਾ ਦੱਸਦੇ ਨੇ। ਹਾਂਜੀ, ਜੇ ਮੰਗਲ ਇੱਕ ਵਿਅਕਤੀ ਮੰਗਲਿਕ ਹੈ, ਦੂਸਰਾ ਨੋਨ ਮੰਗਲਿਕ ਹੈ, ਤਾਂ ਉਹਨਾਂ 'ਚ ਬਹੁਤ ਸੁਭਾਅ 'ਚ ਫਰਕ ਹੋਏਗਾ। ਹਾਂਜੀ, ਉਹਨਾਂ ਦੀ ਐਨਰਜੀ 'ਚ ਫਰਕ ਹੋਏਗਾ। ਤਾਂ ਐਸੇ ਵਿਅਕਤੀ 'ਚ ਜੇ 7ਵੇਂ ਘਰ 'ਚ ਮੰਗਲ ਹੋਵੇ ਔਰ ਪੂਰਨ ਮੰਗਲਿਕ ਹੋਵੇ, ਕੋਈ ਉਹਦੇ ਉੱਪਰ ਸ਼ੁਭ ਗ੍ਰਹਿ ਦੀ ਦ੍ਰਿਸ਼ਟੀ ਨਾ ਪੈਂਦੀ ਹੋਵੇ। 7ਵਾਂ ਔਰ 8ਵਾਂ, ਹਾਂਜੀ, 7ਵਾਂ ਸਸੁਰਾਲ ਮੈਰਿਜ ਦਾ ਕਾਰਕ ਹੈ, 8ਵਾਂ ਮਾਰਕਿਸ਼ ਮ੍ਰਿਤਿਉ ਔਰ ਬਿਮਾਰੀ ਦਾ ਕਾਰਕ ਹੈ। ਹਾਂਜੀ, ਜੇ ਇੱਕ ਮੰਗਲਿਕ ਔਰ ਦੂਜਾ ਨੋਨ ਮੰਗਲਿਕ ਨਾਲ ਵਿਆਹ ਹੋ ਜਾਵੇ ਤਾਂ ਕਿਤੇ ਨਾ ਕਿਤੇ ਜਿਹੜਾ ਅਸ਼ੁਭ ਘਟਨਾਵਾਂ ਹੋ ਸਕਦੀਆਂ ਨੇ, ਉਹ ਮ੍ਰਿਤਿਉ ਤੁਲਿਆ ਕਸ਼ਟ ਵੀ ਹੋ ਸਕਦਾ ਹੈ ਉਹਦੇ 'ਚ। ਜੇ ਸਰ ਇਸ ਦੇ ਪ੍ਰਭਾਵ ਦੀ ਗੱਲ ਕਰੀਏ, ਜਿਵੇਂ ਤੁਸੀਂ ਕਿਹਾ ਕਿ 27 ਸਾਲ ਤੱਕ, ਕਈ ਇੱਦਾਂ ਵੀ ਸੁਣਨ ਨੂੰ ਮਿਲਿਆ ਕਿ ਇਸ ਦਾ ਪ੍ਰਭਾਵ ਜੋ ਹੈ ਕਿ ਪੂਰੀ ਜ਼ਿੰਦਗੀ ਤੱਕ ਚੱਲਦਾ ਹੈ, ਕੀ ਕਹਿਣਾ ਚਾਹੋਗੇ? ਦੇਖੋ, ਪੂਰੀ ਜ਼ਿੰਦਗੀ ਤੱਕ ਨਹੀਂ, ਮੰਗਲ ਦਾ ਪ੍ਰਭਾਵ ਮੈਰਿਜ ਵਾਸਤੇ ਸਭ ਤੋਂ ਜ਼ਿਆਦਾ ਦੇਖਿਆ ਜਾਂਦਾ ਜੀ। ਤਾਂ ਮੈਰਿਜ ਤਕਰੀਬਨ ਇਹ 28 ਸਾਲ ਤੱਕ ਰੋਕ ਕੇ ਰੱਖਦਾ ਹੈ। 28 ਤੋਂ ਬਾਅਦ ਮੰਗਲ ਦੇ ਕਾਰਨ ਜਿਹੜੀ ਮੈਰਿਜ 'ਚ ਰੁਕਾਵਟ ਹੈ ਉਹ ਦੂਰ ਹੋ ਜਾਂਦੀ ਹੈ। ਹਾਂਜੀ, ਤਾਂ ਉਸ ਤੋਂ ਬਾਅਦ ਵਿਅਕਤੀ ਇਹਦੇ ਦਾਨ ਜਪ ਕਰਕੇ, ਹਵਨ ਕਰਾ ਕੇ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰ ਸਕਦਾ, ਉਹਦੇ ਪ੍ਰਭਾਵ ਫਿਰ ਖਤਮ ਹੋ ਜਾਂਦੇ ਆ। ਹਾਂਜੀ, ਜਿਵੇਂ ਸਰ ਕਈ ਵਾਰ ਕੀ ਹੁੰਦਾ ਕਿ ਲੋਕਾਂ ਦੇ ਵਿੱਚ ਨਾ ਕਈ ਅਜਿਹੇ ਲੋਕ ਵੀ ਹੁੰਦੇ ਨੇਗੇ ਕਿ ਜਿਹੜੇ ਗਲਤ ਧਾਰਨਾ ਬਣਾ ਦਿੰਦੇ ਨੇ ਕਿ ਮੰਗਲਿਕ ਦੋਸ਼ ਹੈ ਇਸਦੇ ਕੁੰਡਲੀ ਦੇ ਵਿੱਚ, ਤਾਂ ਲੋਕ ਨਾ ਕਈ ਵਾਰ ਕਾਫੀ ਡਰ ਜਾਂਦੇ ਨੇ। ਤਾਂ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਜਿਹੜੇ ਡਰ ਜਾਂਦੇ ਨੇ ਜਾਂ ਫਿਰ ਉਹਨਾਂ ਨੂੰ ਲੋਕ ਡਰਾਉਂਦੇ ਨੇ? ਹਾਂਜੀ, ਤਾਂ ਇਹ ਕੋਈ ਇਦਾਂ ਦੀ ਗੱਲ ਤਾਂ ਨਹੀਂ ਕਿ ਇਸ ਨੂੰ ਹਊਆ ਬਣਾਉਣ ਦੀ ਜ਼ਰੂਰਤ ਇੱਥੇ ਪੈਂਦੀ? ਨਹੀਂ, ਬਿਲਕੁਲ ਨਹੀਂ ਜੀ। ਮੰਗਲ ਵੀ ਬਾਕੀ ਗ੍ਰਹਿਆਂ ਦੀ ਤਰ੍ਹਾਂ ਇੱਕ ਗ੍ਰਹਿ ਹੈ। ਹਾਂਜੀ, ਔਰ ਜਿਸ ਤਰ੍ਹਾਂ ਮੈਂ ਦੱਸ ਹੀ ਦਿੱਤਾ ਵੀ ਡਿਗਰੀਆਂ ਦੇ ਹਿਸਾਬ ਨਾਲ ਪ੍ਰਭਾਵ ਹੁੰਦਾ। ਇਸ ਤੋਂ ਇਲਾਵਾ ਕਈ ਵਾਰ ਮੰਗਲਿਕ ਹੁੰਦੇ ਹੋਏ ਵੀ ਮੰਗਲਿਕ ਦਾ ਪ੍ਰਭਾਵ ਨਹੀਂ ਹੁੰਦਾ, ਉਹਦੇ 'ਤੇ ਕਿਸੇ ਸ਼ੁਭ ਗ੍ਰਹਿ ਦੀ ਦ੍ਰਿਸ਼ਟੀ, ਲਾਈਕ ਗੁਰੂ ਗ੍ਰਹਿ ਜੇ ਲਗਨ ਦੇ ਵਿੱਚ ਹੋਵੇ ਤਾਂ ਉਹਦੀ ਦ੍ਰਿਸ਼ਟੀ ਪੈਂਦੀ ਹੋਵੇ ਮੰਗਲ 'ਤੇ ਤਾਂ ਉਹਦਾ ਦੋਸ਼ ਖਤਮ ਹੋ ਜਾਂਦਾ। ਮੰਗਲ ਦੇ ਨਾਲ ਰਾਹੂ ਬੈਠਾ ਹੋਵੇ ਤਾਂ ਦੋਸ਼ ਖਤਮ ਹੋ ਜਾਂਦਾ। ਉਹ ਮੰਗਲ ਜੇ ਸਪਤਮੇਸ਼ ਹੋਵੇ, ਉਹ ਗੁਰੂ ਦੀ ਦ੍ਰਿਸ਼ਟੀ ਪੈਂਦੀ ਹੋਵੇ, ਕਿਸੇ ਸ਼ੁਭ ਗ੍ਰਹਿ ਦੀ ਦ੍ਰਿਸ਼ਟੀ ਪੈਂਦੀ ਹੋਵੇ ਤਾਂ ਖਤਮ ਹੋ ਜਾਂਦਾ। ਮੰਗਲ ਵਕਰੀ ਹੋਵੇ, ਕਈ ਵਾਰ ਮੰਗਲੀ ਵਕਰੀ ਹੁੰਦਾ ਤਾਂ ਵੀ ਉਹਦਾ ਅਸਰ ਖਤਮ ਹੋ ਜਾਂਦਾ। ਕਈ ਵਾਰ ਮੰਗਲ ਸੂਰਜ ਦੇ ਨਾਲ ਬੈਠਾ ਹੋਇਆ, ਨੇੜੇ ਦੀ ਡਿਗਰੀ ਹੁੰਦੀ ਹੈ ਤਾਂ ਮੰਗਲ ਅਸਤ ਹੋ ਜਾਂਦਾ, ਉਹਦੇ ਨਾਲ ਵੀ ਉਹਦਾ ਪ੍ਰਭਾਵ ਖਤਮ ਹੋ ਜਾਂਦਾ। ਤਾਂ ਪੂਰਨ ਜਾਣਕਾਰੀ ਤੋਂ ਬਗੈਰ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਔਰ ਜੇ ਮੰਗਲਿਕ ਕੋਈ ਹੈ ਵੀ ਹੈ ਤਾਂ ਵੀ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਇਸਦੇ ਉਪਾਏ ਹੋ ਜਾਂਦੇ ਆ। ਉਪਾਏ ਦੇ ਵਿੱਚ ਜਪ, ਹਵਨ, ਦਾਨ ਦੁਆਰਾ ਇਹਨਾਂ ਦਾ ਪੂਰਨ ਹੱਲ ਕੀਤਾ ਜਾਂਦਾ। ਹਾਂਜੀ, ਜਿਵੇਂ ਸਰ ਕਈ ਵਾਰ ਨਾ ਇਹ ਵੀ ਚੀਜ਼ ਦੇਖਣ ਨੂੰ ਮਿਲੀ ਹੈ ਕਿ ਜਿਹੜੇ ਮੰਗਲਿਕ ਹੁੰਦੇ ਨੇਗੇ ਲੋਕ, ਉਹਨਾਂ ਦਾ ਨਾ ਕਈ ਵਾਰ ਵਿਆਹ ਜੋ ਹੈ ਉਹ ਕਿਸੇ ਦਰਖਤ ਦੇ ਨਾਲ ਜਾਂ ਫਿਰ ਕਿਸੇ ਜਾਨਵਰ ਦੇ ਨਾਲ ਵੀ ਕਈ ਵਾਰ ਦੇਖਣ ਨੂੰ ਮਿਲਦਾ ਹੈ, ਤਾਂ ਇਹ ਕਿੰਨਾ ਕੁ ਇੱਥੇ ਗੱਲ ਠੀਕ ਬੈਠਦੀ ਹੈ? ਹਾਂਜੀ, ਕਈ ਵਾਰ ਕੀ ਹੁੰਦਾ ਵੀ 28 ਦੀ ਏਜ ਤੋਂ ਪਹਿਲੇ ਜੀ ਵੈਰੀਜ ਕਰਨੀ ਪੈਂਦੀ ਹੈ, ਔਰ ਇੱਕ ਮੰਗਲਿਕ ਹੁੰਦਾ ਇੱਕ ਨੋਨ ਮੰਗਲਿਕ ਹੁੰਦਾ, ਤਾਂ ਉਸਦੇ ਵਿੱਚ ਜਿਹੜਾ ਲੜਕੀ ਦਾ ਜੋਤਿਸ਼ ਦੇ ਵਿੱਚ ਇੱਕ ਵਿਧਾਨ ਹੈ, ਜਿਹੜੀ ਲੜਕੀ ਦੀ ਮੈਰਿਜ ਹੈ ਉਹ ਘੜੇ ਦੇ ਨਾਲ ਜਾਂ ਸ਼ਾਲੀਗ੍ਰਾਮ ਜੀ ਭਗਵਾਨ ਮੰਨੇ ਜਾਂਦੇ ਆ ਉਹਨਾਂ ਦੇ ਨਾਲ ਮੈਰਿਜ ਕੀਤੀ ਜਾਂਦੀ ਹੈ ਜਾਂ ਪਿੱਪਲ ਦੇ ਨਾਲ ਮੈਰਿਜ ਕਰਕੇ, ਫਿਰ ਉਹ ਦੋਸ਼ ਜਿਹੜਾ ਉਹ ਖਤਮ ਹੋ ਜਾਂਦਾ। ਮੰਗਲਿਕ ਦਾ ਜਿਹੜਾ ਦੁਸ਼ਪ੍ਰਭਾਵ ਹੈ ਉਹਦਾ, ਨੈਗਟਿਵ ਪੁਆਇੰਟਸ ਹੈ ਉਹ ਖਤਮ ਹੋ ਜਾਂਦੇ ਆ, ਤਾਂ ਫਿਰ ਨੋਰਮਲ ਦੂਸਰੀ ਵਿਆਹ ਉਹ ਕਰ ਸਕਦਾ। ਹਾਂਜੀ, ਜੇਕਰ ਸਰ ਇੱਥੇ ਗੱਲ ਕੀਤੀ ਜਾਵੇ ਮੇਲ ਫੀਮੇਲਸ ਦੀ,
ਤਾਂ ਇਹ ਦੋਸ਼ ਜੋ ਹੈ ਉਹ ਇੱਦਾਂ ਤਾਂ ਨਹੀਂ ਕਿ ਲੜਕੀਆਂ ਦੀ ਉਮਰ ਅਲੱਗ ਉਸਦੇ ਤੱਕ ਸੀਮਿਤ ਰਹੇਗੀ ਅਤੇ ਮੁੰਡਿਆਂ ਦੀ ਉਮਰ ਅਲੱਗ? ਨਹੀਂ, ਮੰਗਲਿਕ ਦੋਸ਼ ਦੀ ਉਮਰ ਜਿਹੜੀ ਆ ਉਹ ਟੋਟਲ ਫੀਮੇਲ ਔਰ ਮੇਲ ਦੋਨਾਂ ਦੇ ਉੱਪਰ ਬਰਾਬਰ ਚੱਲਦੀ ਹੈ। ਅੱਛਾ, 28 ਸਾਲ ਤੱਕ ਹੀ ਆਪਣਾ ਪ੍ਰਭਾਵ ਦੋਨਾਂ ਦੇ ਉੱਪਰ ਦਿੰਦਾ ਹੈ। ਹਾਂਜੀ, ਅਤੇ ਸਰ ਇੱਕ ਹੋਰ ਗੱਲ ਸੀ ਕਿ ਜਿਹੜਾ ਮੰਗਲਿਕ ਲੋਕ ਹੁੰਦੇ ਨੇ ਕਈ ਵਾਰ ਉਹ ਲੋਕ ਵੀ ਇਹ ਸਭ ਚੀਜ਼ਾਂ ਜਿਵੇਂ ਅੱਜ ਕੱਲ੍ਹ ਦੇ ਜੇਕਰ ਜ਼ਮਾਨੇ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਦੇ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਇੰਨਾ ਜ਼ਿਆਦਾ ਬਿਲੀਵ ਨਹੀਂ ਕਰਦੇ। ਕਈ ਵਾਰ ਕੀ ਹੁੰਦਾ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚੋਂ ਕਈ ਮੰਗਲਿਕ ਵੀ ਹੁੰਦੇ ਨੇ ਪਰ ਉਹ ਨਾ ਯਕੀਨ ਨਹੀਂ ਕਰਦੇ, ਉਪਾਏ ਨਹੀਂ ਕਰਦੇ, ਤਾਂ ਇਸਦਾ ਕੀ ਨੁਕਸਾਨ ਉਹਨਾਂ ਦੀ ਜ਼ਿੰਦਗੀ 'ਚ ਦੇਖਣ ਨੂੰ ਮਿਲਦਾ ਇੱਥੇ? ਹਾਂਜੀ, ਤੁਸੀਂ ਵੀ ਕਈ ਵਾਰ ਨੋਟ ਕੀਤਾ ਹੋਣਾ, ਖ਼ਬਰਾਂ 'ਚ ਵੀ ਸੁਣਿਆ ਹੋਣਾ ਵੀ ਡੋਲੀ ਦੀ ਬਰਾਤ ਵਾਪਸ ਆ ਰਹੀ ਸੀ ਤਾਂ ਦੁਰਘਟਨਾ ਹੋ ਗਈ, ਜਾਂ ਵਿਆਹ ਤੋਂ ਬਾਅਦ ਇੱਕਦਮ ਇੱਕ ਪਰਸਨ ਪਤੀ ਜਾਂ ਪਤਨੀ ਬਹੁਤ ਜ਼ਿਆਦਾ ਬਿਮਾਰ ਹੋ ਗਏ, ਜਿਹੜੇ ਜ਼ਿਆਦਾਤਰ ਹੋਸਪਿਟਲ 'ਚ ਹੀ ਰਹੇ ਜਾਂ ਆਪਣੇ ਬਿਸਤਰੇ 'ਤੇ ਹੀ ਜ਼ਿਆਦਾ ਉਹਨਾਂ ਨੇ ਟਾਈਮ ਬਿਤਾਇਆ। ਉਹ ਇਹੀ ਘਟਨਾਵਾਂ ਹੁੰਦੀਆਂ ਹਨ, ਜਿਹੜਾ ਇੱਕ ਮੰਗਲਿਕ ਹੈ ਇੱਕ ਨੌਨ ਮੰਗਲਿਕ ਹੈ ਤਾਂ ਉਹਦਾ ਅਸਰ ਉਸਦੇ ਉੱਪਰ ਪੈਂਦਾ ਹੈ, ਜਿਹੜਾ ਨਹੀਂ ਮੰਨਦਾ, ਜਿਹੜਾ ਨਹੀਂ ਦੇਖਦਾ ਤਾਂ ਇਹਦਾ ਜਿਹੜਾ ਦੁਸ਼ਪ੍ਰਭਾਵ ਹੈ ਉਹਨਾਂ ਨੂੰ ਭੁਗਤਣਾ ਪੈਂਦਾ। ਅਤੇ ਜੇਕਰ ਸਰ ਗੱਲ ਕੀਤੀ ਜਾਵੇ ਕਿ ਹਿੰਦੂ ਧਰਮ ਦੇ ਵਿੱਚ ਮੰਗਲਿਕ ਦੋਸ਼ ਜੋ ਹੈ ਉਹ ਕਾਫੀ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਕਿ ਹਿੰਦੂ ਧਰਮ ਦੇ ਵਿੱਚ ਇਸਦੀ ਮਾਨਤਾ ਵੀ ਦੇਖੋ ਕਾਫੀ ਜ਼ਿਆਦਾ ਹੈ, ਲੋਕ ਇਸ ਨੂੰ ਮੰਨਦੇ ਨੇ। ਪਰ ਜਿਵੇਂ ਗੱਲ ਕਰੀਏ ਕਿ ਹੋਰ ਧਰਮਾਂ ਦੀ ਵੀ, ਤਾਂ ਹੋਰ ਧਰਮਾਂ ਦੇ ਵਿੱਚ ਵੀ ਜਿਹੜੇ ਦੋਸ਼ ਹੈ ਮੰਗਲਿਕ ਦੋਸ਼ ਹੈ, ਜਿਵੇਂ ਹਿੰਦੂ ਧਰਮ ਦੇ ਵਿੱਚ ਤੁਸੀਂ ਦੱਸਿਆ ਕਿ ਹਵਨ ਵਗੈਰਾ ਕਰਕੇ ਇਹਦਾ ਇਹ ਉਪਾਏ ਹੈਗਾ, ਤਾਂ ਜਿਹੜੇ ਹੋਰ ਧਰਮ ਨੇ ਉਹ ਕਿੱਦਾਂ ਇਸ ਨੂੰ ਸਰਵਾਈਵ ਕਰ ਸਕਦੇ ਨੇ ਇੱਥੇ? ਹਾਂਜੀ ਬਿਲਕੁਲ, ਜਿਹੜਾ ਮੰਗਲਿਕ ਦੋਸ਼ ਹੈ ਮੈਂ ਪਹਿਲੇ ਵੀ ਦੱਸਿਆ ਸੀ ਇੱਕ ਵਾਰੀ ਵੀ ਜਿਹੜਾ ਜੋਤਿਸ਼ ਹੈ ਇਹ ਟੋਟਲੀ ਇੱਕ ਗਣਿਤ ਹੈ, ਇੱਕ ਵਿਗਿਆਨ ਹੈ। ਹਾਂਜੀ, ਇਹ ਕਿਸੇ ਧਰਮ ਦੇ ਅੰਦਰ ਨਹੀਂ ਹੈ, ਇਹ ਸਾਰਾ ਧਰਮ ਦੇ ਉੱਪਰ ਬਰਾਬਰ ਲਾਗੂ ਹੁੰਦਾ ਹੈ। ਇਹ ਵੀ ਜਿਹੜੇ ਹਿੰਦੂ ਰਿਲੀਜਨ ਹੈ, ਸਨਾਤਨ ਮਤ ਹੈ, ਉਹ ਇਸ ਨੂੰ ਜ਼ਿਆਦਾ ਮੰਨਦਾ ਹੈ। ਉਹ ਸ਼ੁਰੂ ਤੋਂ ਹੀ ਸਨਾਤਨ ਦੇ ਜਿਹੜੇ ਰਿਸ਼ੀ ਮੁਨੀ ਸੀ ਉਹਨਾਂ ਨੇ ਇਹਨਾਂ ਦੇ ਉੱਪਰ ਸ਼ੋਧ ਕੀਤਾ, ਖੋਜ ਕੀਤੀ ਅਤੇ ਉਹਦੇ 'ਚ ਫਿਰ ਇਹ ਜ਼ਿਆਦਾ ਪ੍ਰਚਲਿਤ ਹੋ ਗਿਆ। ਹਾਂਜੀ, ਬਾਕੀ ਧਰਮਾਂ ਦੇ ਵਿੱਚ ਜੋਤਿਸ਼ ਕੁਛ ਧਰਮਾਂ ਦੇ ਵਿੱਚ ਲੇਟ ਫੈਲਿਆ, ਕੁਛ ਅਲੱਗ ਤਰੀਕੇ ਨਾਲ ਉਹਨਾਂ ਦੀ ਗਣਨਾ ਕੀਤੀ ਜਾਂਦੀ ਹੈ। ਕਿਸੇ ਧਰਮਾਂ ਵਿੱਚ ਇਸ ਨੂੰ ਨੰਬਰਾਲੋਜੀ ਦੇ ਨਾਲ, ਗਿਣਤੀ ਦੇ ਨਾਲ ਦੇਖਿਆ ਜਾਂਦਾ ਹੈ। ਮੈਂ ਜਿਸ ਤਰ੍ਹਾਂ ਦੱਸਿਆ ਇੱਕ ਤਰ੍ਹਾਂ ਦਾ ਗਣਿਤ ਵੀ ਹੈ, ਵਿਗਿਆਨ ਵੀ ਹੈ, ਤਾਂ ਇਹ ਹਰੇਕ ਧਰਮ ਦੇ ਉੱਪਰ ਲਾਗੂ ਹੁੰਦਾ ਔਰ ਸੌਖੇ ਤਰੀਕਿਆਂ ਨਾਲ ਉਹ ਦਾਨ ਵਗੈਰਾ ਕਰਕੇ, ਹਰੇਕ ਧਰਮ ਦੇ ਵਿੱਚ ਦਾਨ ਦੀ ਪ੍ਰਥਾ ਹੈਗੀ ਹੈ, ਤਾਂ ਉਹ ਦਾਨ ਕਰਕੇ ਇਸਦਾ ਹੱਲ ਕਰ ਸਕਦੇ। ਹਾਂਜੀ ਸਰ, ਸਾਡੇ ਦਰਸ਼ਕਾਂ ਨੂੰ ਇੱਕ ਇਹ ਚੀਜ਼ ਵੀ ਦੱਸੋ, ਜਿਵੇਂ ਤੁਸੀਂ ਦਾਨ ਦੀ ਗੱਲ ਕੀਤੀ ਹੈ ਤਾਂ ਜਿਹੜਾ ਦਾਨ ਹੈ ਉਹ ਕਿਸ ਚੀਜ਼ ਦਾ, ਇੱਥੇ ਜ਼ਿਆਦਾ ਦਾਨ ਕਰਨ ਦੇ ਨਾਲ ਇਹ ਜਿਹੜਾ ਦੋਸ਼ ਹੈ ਇਸ ਤੋਂ ਰਾਹਤ ਪਾਈ ਜਾ ਸਕਦੀ ਹੈ? ਹਾਂਜੀ, ਸਭ ਤੋਂ ਉੱਤਮ ਦਾਨ ਜਿਹੜਾ ਅੰਨ ਦਾ ਦਾਨ ਮੰਨਿਆ ਗਿਆ। ਹਾਂਜੀ, ਤਾਂ ਅੰਨ ਦੇ ਵਿੱਚ ਤੁਸੀਂ ਲਾਲ ਰੰਗ ਦੇ ਮਸੂਰ ਦੀ ਦਾਲ ਜਿਹੜੀ ਹੁੰਦੀ ਹੈ ਉਸ ਨੂੰ ਧਾਰਮਿਕ ਸਥਾਨ ਦੇ ਉੱਪਰ ਦਾਨ ਕਰਕੇ ਮੰਗਲਵਾਰ ਨੂੰ ਤਾਂ ਇਸਦਾ ਹੱਲ ਕਰ ਸਕਦੇ ਹੋ। ਲਾਲ ਚੀਜ਼ਾਂ ਦਾ ਦਾਨ ਕੀਤਾ ਜਾਂਦਾ, ਗੁੜ ਦਾ ਦਾਨ ਹੋ ਗਿਆ, ਇਹ ਅੰਨ ਦੇ ਦਾਨ 'ਚ ਸਭ ਤੋਂ ਜ਼ਿਆਦਾ ਇਹਦਾ ਫਲ ਮਿਲਦਾ ਹੈ। ਜੀ ਸਰ, ਸਾਡੇ ਦਰਸ਼ਕਾਂ ਨੂੰ ਤੁਸੀਂ ਇੱਕ ਵਾਰ ਆਪਣਾ ਐਡਰੈਸ ਵੀ ਦੱਸ ਦਿਓ, ਕਿਉਂਕਿ ਕਈ ਵਾਰ ਦਰਸ਼ਕ ਜੋ ਹੁੰਦੇ ਨੇ ਉਹਨਾਂ ਦੇ ਕੁੰਡਲੀਆਂ ਦੇ ਵਿੱਚ ਵੀ ਮੰਗਲਿਕ ਦੋਸ਼ ਹੁੰਦੇ ਨੇ, ਤਾਂ ਤੁਸੀਂ ਇੱਕ ਵਾਰ ਆਪਣਾ ਐਡਰੈਸ ਦੱਸ ਦਿਓ। ਹਾਂਜੀ, ਜਿਸਨੇ ਵੀ ਮੈਨੂੰ ਮਿਲਣਾ ਹੋਵੇ, ਮੇਰਾ ਐਡਰੈਸ ਪਟਿਆਲਾ ਦਸ਼ਮੇਸ਼ ਨਗਰ, ਮੋਬਾਈਲ ਨੰਬਰ 94-171-06-6624, ਇਸ 'ਤੇ ਮੈਨੂੰ ਕਾਲ ਕਰਕੇ ਕਿਸੇ ਵੀ ਟਾਈਮ ਮਿਲ ਸਕਦਾ, ਆਪਣੀਆਂ ਪ੍ਰੋਬਲਮਸ ਦਾ ਹੱਲ ਕਰਵਾ ਸਕਦਾ।
ਹਾਂਜੀ, ਬਹੁਤ ਬਹੁਤ ਸ਼ੁਕਰੀਆ ਹਰਪ੍ਰੀਤ ਸਰ ਤੁਹਾਡਾ ਕਿ ਤੁਸੀਂ ਆਪਣਾ ਕੀਮਤੀ ਸਮੇਂ ਸਾਡੇ ਦਰਸ਼ਕਾਂ ਤੇ ਸਾਨੂੰ ਦਿੱਤਾ, ਤੇ ਤੁਸੀਂ ਵੀ ਇਦਾਂ ਹੀ ਦੇਖਦੇ ਰਹੋ A1 ਪੰਜਾਬੀ ਟੀਵੀ ਤੇ ਇਦਾਂ ਹੀ ਸਾਨੂੰ ਪਿਆਰ ਦਿੰਦੇ ਰਹੋ। ਤਦ ਤੱਕ ਸਾਨੂੰ ਦਿਓ ਇਜਾਜ਼ਤ, ਧੰਨਵਾਦ। ਹਾਂਜੀ, ਸਤਿ ਸ਼੍ਰੀ ਅਕਾਲ।